मंडी गोविंदगढ़ पुलिस की ओर से गांव जसड़ा में चल रहे जिस्म फरोशी के अड्डे का पर्दाफाश करने का दावा किया गया है। वह छापेमारी के दौरान 9 महिलाओं सहित 7 व्यक्तियों को इतराज योग हालत में गिरफ्तार किया गया है। एक प्रेस वार्ता में SHO इंस्पेक्टर महेंद्र सिंह ने बताया कि सहायक थानेदार नरेंद्र सिंह व थानेदार केवल सिंह की अगुवाई में पुलिस पार्टी की ओर से गांव जसड़ा में किराएदार के तौर पर रहते लखविंदर सिंह व उसकी पत्नी के घर के नजदीक से खास मुखबर की इतला पर उक्त जगह पर छापेमारी की गई, जहां से 9 महिलाओं सहित 7 व्यक्तियों को इतराज योग हालत में पुलिस द्वारा गिरफ्तार किया गया है। इस मौके पर SHO इंस्पेक्टर महेंद्र सिंह ने जानकारी देते हुए बताया कि ਸਾਡੇ ਟਾਰਗੇਟ 'ਤੇ ਸੀਗਾ ਕਿ ਸਿਟੀ ਏਰੀਏ ਦੇ ਵਿੱਚ ਆਲੇ ਦੁਆਲੇ ਜਿਸਮ ਫਰੋਸ਼ੀ ਦਾ ਜਿਹੜਾ ਕੰਮ ਉਹ ਚੱਲ ਰਿਹਾ, ਜਿਹਦੇ ਮੱਦੇਨਜ਼ਰ ਰਾਤ ਅਸੀਂ ਡਾਟਾ ਵਾਲੇ ਚੌਂਕ ਖੜ੍ਹੇ ਸੀਗੇ 9-10 ਵਜੇ ਕਰ ਉਸ ਪਾਰਟੀ ਚੈਕਿੰਗ ਦੇ ਦੌਰਾਨ ਸਾਨੂੰ ਇਨਫੋਰਮਰ ਨੇ ਸੂਚਨਾ ਦਿੱਤੀ ਕਿ ਪਿੰਡ ਜਸ਼ਨਾ ਇੱਕ ਲਖਵੀਰ ਸਿੰਘ ਨਾਂ ਦਾ ਬੰਦਾ ਹੈਗਾ, ਉਹਨੇ ਉਹਦੀ ਵਾਈਫ ਮਸਕਾਨ ਉਹਦੇ ਨਾਲ ਮਿਲ ਕੇ ਉਹਨੇ ਅੱਡਾ ਵੱਡੇ ਲੈਵਲ 'ਤੇ ਚਲਾਇਆ ਵੀ ਉਹਨੇ ਮਕਾਨ ਆ ਜਿਹੜਾ ਜਿਸ ਤਰ੍ਹਾਂ ਦਾ ਕੋਈ ਬੰਦਾ ਬਿੱਲੂ ਹੈ ਉਸ ਕੋਲੋਂ ਕਿਰਾਏ 'ਤੇ ਲਿਆ ਹੈ ਇਸੇ ਪੱਤਰ 'ਤੇ। ਅਸੀਂ ਰੇਡ ਕੀਤਾ ਉਸ ਪਾਰਟੀ ਦੇ ਨਾਲ, ਇਹ ਸ਼ੇਖ ਲਿੰਦਾ ਸਿੰਘ, ਇਹ ਸ਼ੇਖ ਕੇਵਲ ਸਿੰਘ ਰੇਡ ਕੋਸਟੇਬਲ ਸੀਗੇ, ਸਾਡੇ 10 ਧਰਮ ਲਾਗ ਸੀਗੇ। ਅਤੇ ਰੇਡ ਦੇ ਦੌਰਾਨ, ਚੈਕਿੰਗ ਦੇ ਦੌਰਾਨ ਵੀ ਸਾਨੂੰ ਉੱਥੇ 9 ਲੇਡੀਜ਼ ਅਤੇ 7 ਬੰਦੇ ਜਿਹੜੇ ਕਵਰ ਹੋਏ ਨੇ ਇਤਰਾਜ ਯੋਗ ਪੁਜੀਸ਼ਨ ਦੇ ਵਿੱਚ, ਅਤੇ ਮੈਲਾਫੈਂਟ ਟੈਂਸ਼ਨ ਸ਼ੋ ਹੁੰਦੀ ਸੀ ਉਹਨਾਂ ਦੀ, ਜੋ ਗਲਤ ਅਵਸਥਾ 'ਚ ਗਲਤ ਕੰਮ ਲਈ ਗਲਤ ਕੰਮ ਕਰ ਰਹੇ ਸੀਗੇ, ਅਤੇ ਜਿਸ ਦੇ ਆਧਾਰ 'ਤੇ ਉਹਨਾਂ ਨੂੰ ਪੁੱਛਗਿੱਛ ਕਰਕੇ ਅਸੀਂ ਗ੍ਰਿਫਤਾਰ ਕੀਤਾ। ਉਹਨਾਂ ਦੇ ਖਿਲਾਫ਼ ਇਮਰੋਡ ਟਰੈਕਿੰਗ ਐਕਟ ਦੇ ਅਧੀਨ FIR 200 ਨੰਬਰ ਜਿਹੜੀ ਦਰਜ ਕੀਤੀ ਹੈ ਅਤੇ ਉਹਨਾਂ ਨੂੰ ਅਰੈਸਟ ਕੀਤਾ। ਉਹਨਾਂ ਤੋਂ ਪੁੱਛਗਿੱਛ ਅਸੀਂ ਕਰ ਰਹੇ ਹਾਂਗੇ ਵੀ ਹੋਰ ਕਿਹਦੀ ਇਨਵੋਲਵਮੈਂਟ ਆ ਜਾਂ ਹੋਰ ਕਿਸ ਤਰ੍ਹਾਂ ਦਾ ਡਰ। ਇਸੇ ਦੌਰਾਨ ਅਸੀਂ ਉੱਥੋਂ 9 ਲੇਡੀਜ਼ ਨੇ ਜਿਹੜੀ ਅੱਡੇ ਦੀ ਮਾਲਕ ਆ ਮੁਸਕਾਨ, ਉਸ ਤੋਂ ਇਲਾਵਾ 8 ਲੇਡੀਜ਼ ਨੇ, ਅਤੇ ਜਿਹੜਾ ਅੱਡੇ ਦਾ ਓਪਰੇਟਰ ਹੈਗਾ ਲਖਵੀਰ ਸਿੰਘ, ਉਸ ਤੋਂ ਇਲਾਵਾ 6 ਬੰਦੇ ਹੋਰ ਨੇ, ਟੋਟਲ 7 ਬੰਦੇ ਨੇ। ਇਹਨਾਂ ਨੂੰ ਅਸੀਂ ਗ੍ਰਿਫਤਾਰ ਕੀਤਾ, ਗ੍ਰਿਫਤਾਰ ਕਰਕੇ ਅਸੀਂ ਇਹਨਾਂ ਨੂੰ ਹਲਕਾ ਮੈਜਿਸਟਰੇਟ ਦੇ ਪੇਸ਼ ਕਰਾਂਗੇ। ਮੰਡੀ ਗੋਬਿੰਦਗੜ੍ਹ ਸੇ ਬਲਜਿੰਦਰ ਸਿੰਘ ਕੀ ਰਿਪੋਰਟ, ਨਿਊਜ਼ 89।